ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਟੋਟੀਆਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੇ ਹੀ ਸਰਪੰਚ ਅਤੇ ਉਸ ਦੇ ਸਾਥੀਆਂ ਵੱਲੋਂ ਐਨਆਰਆਈ ਸੁਖਵਿੰਦਰ ਸਿੰਘ ਉਰਫ ਕਾਲਾ ਅਤੇ ਉਸ ਦੇ ਪਰਿਵਾਰ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਨਆਰਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਹੀ ਸਾਬਕਾ ਸਰਪੰਚ ਰਣਜੀਤ ਸਿੰਘ ਉਰਫ ਰਾਣਾ ਉਸ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਰੋਕਣ ਤੇ ਉਹਨਾਂ ਵੱਲੋਂ ਅਤੇ ਉਸ ਦੇ ਚਾਰ ਹੋਰ ਅਣਪਛਾਤੇ ਸਾਥੀਆਂ ਵੱਲੋਂ ਸਾਡੇ ਪਰਿਵਾਰ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਬੋਲਦਿਆਂ ਐਨਆਰਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਹੜਾ ਪਿੰਡ ਹੈ ਭਾਜੀ? ਪਿੰਡ ਟੋਟੀਆਂ। ਕੀ ਗੱਲਬਾਤ ਹੈ ਭਾਜੀ? ਸਾਰੀ ਕਿੱਦਾਂ ਸੱਟਾਂ ਲੱਗੀਆਂ? ਭਾਜੀ ਮੈਂ ਕੁਛ ਨਹੀਂ, ਮੇਰੀ ਤਰ੍ਹਾਂ ਜਗ੍ਹਾ ਸੀਗੀ, ਮੇਰੀ ਜਦੀ ਜੀ ਐਸ ਗਵਰਨਮੈਂਟ ਜਦੀ ਜ਼ਮੀਨ ਆਉਣ ਲੱਗ ਗਈ ਅਮੀਰ ਸਿੰਘ ਰਾਣਾ ਵਾਂ, ਉਹ ਇੱਦਾਂ ਜਾਣੀ ਸਾਨੂੰ ਤੰਗ ਕਰਦਾ, ਉਹ ਕਬਜ਼ਾ ਕਰਨ ਪੈਂਦਾ ਵਾ, ਉਹ ਕਹਿੰਦਾ ਜਗ੍ਹਾ ਮੇਰੀ, ਜਗ੍ਹਾ ਸਾਡੀ ਚੱਲੀ ਆਉਂਦੀ ਹੈ। ਅਤੇ ਕੱਲ੍ਹ ਕੀ ਹੋਇਆ ਜੀ, ਜਿਹੜੀ ਜੀ ਸੱਟਾਂ ਲੱਗੀਆਂ? ਹੋਰ ਨਹੀਂ, ਇਸ ਤਰ੍ਹਾਂ ਮੈਂ ਇੱਥੇ ਮੈਨੂੰ ਜਦੋਂ ਇੱਥੇ ਮੈਂ ਆਉਂਦਾ ਮੈਂ ਫਾਇਰ ਕਰਦਾ ਰਹਿੰਦਾ, ਦੋ ਤਿੰਨ ਦਿਨ ਪਹਿਲਾਂ ਵੀ ਇਹਨੇ ਫਾਇਰ ਕੱਢੇ ਆ, ਰਾਤ ਨੂੰ ਕੱਲ੍ਹ ਵੀ ਰਾਤੀ ਵੀ ਇਹਨੇ ਕੱਢੇ ਆ, ਮੁੱਕੇ ਦੇਣੇ ਮੇਰੇ ਦੇ ਜਾਨੀ ਤਰ੍ਹਾਂ, ਮੈਂ ਮੱਥਾ ਟੇਕਣ ਗਿਆ, ਮੱਥਾ ਟੇਕ ਕੇ ਆਉਂਦੇ ਮੇਰੇ ਦਿਨੇ ਗੋਲੀ ਗੋਲੀ ਠੀਕ ਕਰਦੇ। ਕਿੰਨੇ ਕੁ ਬੰਦੇ ਹੀ ਆਏ? ਇਹ ਤਿੰਨ ਚਾਰ ਜਣੇ ਹੈਗੇ, ਤਿੰਨ ਜਣੇ ਹੈਗੇ। ਸਾਰੇ 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 ਕੋਲ ਹਥਿਆਰ ਹੈਗੇ ਸੀ? ਹਾਂ, ਸਾਰਿਆਂ ਕੋਲ ਹਥਿਆਰ ਹੈਗੇ। ਕਿੰਨੇ ਬੰਦੇ ਤੁਹਾਡੇ ਜ਼ਖਮੀ ਹੋਏ? ਜਣੇ ਕੋਲ ਹਥਿਆਰ ਸੀਗੇ। ਕਿੰਨੇ ਬੰਦੇ ਜ਼ਖਮੀ ਹੋਏ ਤੁਹਾਡੇ? ਅਸੀਂ ਤਿੰਨ ਜਣੇ ਹਾਂ, ਚਾਰ ਹੋਏ ਹਾਂ, ਮੇਰਾ ਛੋਟਾ ਬੱਚਾ ਵਾ, ਅਤੇ ਤਿੰਨ ਨਹੀਂ, ਮੇਰਾ ਚਾਚਾ ਜੀ ਵੀ, ਚਾਚੀ ਜੀ ਬੰਦਾ, ਗੁੰਡਾਗਰਦੀ ਸ਼ਰੇਆਮ ਗੁੰਡਾਗਰਦੀ ਕੀਤੀ। ਜਦੋਂ ਤੁਹਾਡੇ ਗੋਲੀਆਂ ਚਲਾਈਆਂ ਹੋਣ, ਤੁਸੀਂ ਉਹਦਾ ਕੋਈ ਦਰਖਾਸਤ ਦਿੱਤੀ ਕੁਛ? ਉਦੋਂ ਮੈਂ ਸਾਹਮਣੇ ਬੈਠਾ, ਇੱਕ ਉਦੋਂ ਮੈਂ ਦਰਖਾਸਤ ਨਹੀਂ ਦਿੱਤੀ ਜੀ, ਰਾਤ ਇਹਨੇ ਗੋਲੀਆਂ ਚਲਾਈਆਂ, ਪਹਿਲਾਂ ਵੀ ਇਹਨੇ ਚਲਾਈਆਂ, ਤੋਂ ਅੱਗੇ ਚਲਾਉਂਦਾ ਰਹਿੰਦਾ, ਹਮੇਸ਼ਾ ਹੀ ਆਮ ਰਾਤ ਨੂੰ ਚਲਾਉਂਦਾ ਰਹਿੰਦਾ ਵਾ, ਜਦੋਂ ਜ਼ਿਆਦਾ ਦੇਖ ਰਹੇ। ਹੁਣ ਪੁਲਿਸ ਨੇ ਦਿੱਤੀ ਦਰਖਾਸਤ? ਹੈਂ, ਹੁਣ ਪੁਲਿਸ ਨੇ ਦਰਖਾਸਤ ਦਿੱਤੀ? ਹਾਂਜੀ, ਹੁਣ ਦਿੱਤੀ ਹੈ ਜੀ। ਕੀ ਗੱਲਬਾਤ ਹੋਈ ਹੈ? ਹਾਂਜੀ, ਮੇਰਾ ਨਾਮ ਲਖਵੀਰ ਸਿੰਘ, ਪਿੰਡ ਟੋਟੀਆਂ। ਕੀ ਗੱਲਬਾਤ ਹੋਈ ਹੈ ਜੀ? ਗੱਲਬਾਤ ਕੁਛ ਨਹੀਂ, ਇਹ ਰਾਣਾ ਜੋ ਮਤਲਬ ਕਿ ਸਾਨੂੰ ਇਹ ਡਰਾਉਂਦਾ ਧਰਾਉਂਦਾ, ਸਾਡੇ ਪਿੱਛੇ ਬਾਹਰ ਅਸੀਂ ਇਕੱਲੇ ਦੋਵੇਂ ਜੀ ਇੱਥੇ ਰਹਿੰਦੇ ਹਾਂ, ਅਤੇ ਇਹ ਸਾਡੀ ਜਾਇਦਾਦ 'ਤੇ ਕਬਜ਼ਾ ਕਰਨਾ ਚਾਹੁੰਦਾ, ਇਸ ਕਰਕੇ ਗੋਲੀ ਚਲਾਉਂਦਾ, ਅੱਜ ਸਵੇਰੇ ਵੀ ਇਹਨੇ ਇਸੇ ਕਰਕੇ ਸਾਡੇ 'ਤੇ ਗੋਲੀਆਂ ਚਲਾਈਆਂ, ਅਤੇ ਇੱਕ ਛੋਟਾ ਪੋਤਾ ਉਹਦੇ ਗੋਲੀ ਲੱਗੀ ਆ, ਅਤੇ ਇੱਕ ਮੇਰੇ ਭਤੀਜੇ ਆ ਉਹਦੇ ਗੋਲੀਆਂ ਲੱਗੀਆਂ, ਅਤੇ ਮਿਹਰਬਾਨੀ ਕਰਕੇ ਸਾਨੂੰ ਕੋਈ ਨਾ ਕੋਈ ਇਨਸਾਫ ਦਿਵਾਇਆ ਜਾਵੇ। ਦੂਸਰੇ ਪਾਸੇ ਤਫਤੀਸ਼ੀ ਅਫਸਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀਆਂ ਦੇ ਬਿਆਨਾਂ ਨੂੰ ਕਲਮਬੱਧ ਕਰ ਲਿਆ ਗਿਆ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਸਵੇਰੇ ਸੁਬਾਹ ਹੀ ਇਹ ਝਗੜਾ ਹੋਇਆ ਵਾ, ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ, ਮਤਲਬ ਝਗੜਾ ਚੱਲਦਾ ਸੀ ਜਗ੍ਹਾ ਦਾ, ਉਹਦੀ ਵਜ੍ਹਾ ਨਾਲ ਲੈ ਕੇ ਇਹ ਝਗੜਾ ਹੋਇਆ। ਹੁਣ ਹਸਪਤਾਲ ਆਉਣ ਕੇ ਮੈਂ ਬਿਆਨ ਲਿਖਣ ਡਿਆ, ਅਗਲੀ ਕਾਰਵਾਈ ਜਿਹੜੀ ਉਹ। ਕਿੰਨੇ ਕੁ ਬੰਦੇ ਜ਼ਖਮੀ ਹੋਏ ਭਾਜੀ ਇਹਦੇ? ਇੱਥੇ ਚਾਰ ਬੰਦੇ ਆ। ਦੋਸ਼ੀ ਪਾਰਟੀ ਵੀ ਗ੍ਰਿਫਤਾਰ ਕੀਤਾ ਗਿਆ? ਦੋਸ਼ੀ ਪਾਰਟੀ ਨੇ ਅਜੇ ਫਰਾਰ ਆ, ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਛੇਤੀ ਫੜਨ ਦੀ। ਸਰ ਪਤਾ ਚੱਲਿਆ ਕਿ ਕਿੰਨੇ ਰੋਣ ਚੱਲੀ ਫਾਈਲ? ਹਾਂਜੀ, ਅਤੇ ਪੰਜ ਛੇ ਫਾਇਰ ਹੋਏ, ਚਾਰ ਪੰਜ ਫਾਇਰ ਹੋਏ ਆ। ਹਾਂਜੀ, ਅਤੇ ਕੋਈ ਸੀਰੀਅਸ ਜ਼ਖਮੀ ਵੀ ਆ ਕਿ? ਹਾਂ, ਜ਼ਖਮੀ ਜਿਹੜੇ ਇਲਾਜ ਆ ਜੀ ਕਰੋ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਤਰਨ ਤਾਰਨ ਤੋਂ ਰਿਸ਼ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ।